Subscribe the channel and press the bell notification icon. ਆਯੁਸ਼ਮਾਨ ਖੁਰਾਨਾ ਦੀ ਆਉਣ ਵਾਲੀ ਫਿਲਮ ਦਾ ਟੀਜ਼ਰ ਕੁਝ ਕੁ ਦਿਨ ਪਹਿਲਾਂ ਰਿਲੀਜ਼ ਹੋਇਆ ਸੀ ਤੇ ਟੀਜ਼ਰ ਦੇਖਣ ਤੋਂ ਬਾਅਦ ਆਡੀਅנס ਕਾਫੀ ਕਨਫਿਊਜ਼ ਸੀ ਕਿ ਆਖਿਰ ਇਹ ਫਿਲਮ ਵਿੱਚ ਕਿਹੋ ਜਿਹਾ ਕੰਟੈਂਟ ਹੋਵੇਗਾ। ਦੱਸਦੇ ਕਿ ਹੁਣ ਫਿਲਮ ਆਰਟੀਕਲ 15 ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਤੇ ਫਿਲਮ ਦੇ ਵਿੱਚ ਸਮਾਜਿਕ ਮੁੱਦਿਆਂ ਨੂੰ ਉਠਾਇਆ ਗਿਆ। ਫਿਲਮ ਦੇ ਟ੍ਰੇਲਰ ਵਿੱਚ ਊਚ ਨੀਚ ਤੇ ਜਾਤ ਪਾਤ ਦੇ ਫਰਕ ਨੂੰ ਬਹੁਤ ਹੀ ਬਰੀਕੀ ਨਾਲ ਦਿਖਾਇਆ ਗਿਆ। ਮਤਲਬ ਲੜਕੋ ਕੀ ਔਰ ਆਪਕੀ ਸਿਮ ਜਾਤੀ ਹੈ? ਨਹੀਂ ਨਹੀਂ ਸਰ, ਮੈਂ ਚਮਾਰ ਹੂੰ, ਇਹ ਪਾਸੀ ਹੈ। What the fuck is going on here? ਫਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਆਯੁਸ਼ਮਾਨ ਖੁਰਾਨਾ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਔਕਾਤ ਤੁਹਾਨੂੰ ਇਹ ਟ੍ਰੇਲਰ ਦੇਖਣ ਦੀ ਇਜਾਜ਼ਤ ਨਹੀਂ ਦਿੰਦੀ। ਆਓ ਨਜ਼ਰ ਮਾਰਦੇ ਹਾਂ ਆਯੁਸ਼ਮਾਨ ਦੀ ਇਹ ਵੀਡੀਓ ਤੇ। ਆਪਕੀ ਔਕਾਤ ਆਪਕੋ ਇਹ ਟ੍ਰੇਲਰ ਦੇਖਣ ਕੀ ਅਨੁਮਤੀ ਨਹੀਂ ਦੇਤੀ। ਇਸ ਭੇਦਭਾਵ ਸੇ ਬੁਰਾ ਲਗਾ ਨਾ? ਭਾਰਤ ਕੇ ਕਰੋੜੋਂ ਨੀਚੀ ਜਾਤੀ ਕੇ ਲੋਗੋਂ ਕੋ ਐਸਾ ਅਹਿਸਾਸ ਹਰ ਦਿਨ ਹੋਤਾ ਹੈ। ਇਹ ਸਭ ਆਯੁਸ਼ਮਾਨ ਖੁਰਾਨਾ ਨੇ ਕਿਉਂ ਕਿਹਾ, ਇਹਦਾ ਜਵਾਬ ਤਾਂ ਸਭ ਨੂੰ ਟ੍ਰੇਲਰ ਦੇਖ ਕੇ ਮਿਲ ਹੀ ਗਿਆ ਹੋਵੇਗਾ, ਕਿਉਂਕਿ ਇਹ ਫਿਲਮ ਬਹੁਤ ਹੀ ਸੈਂਸਿਟਿਵ ਟੌਪਿਕ ਤੇ ਆਧਾਰਿਤ ਹੈ ਤੇ ਜੇਕਰ ਹੁਣ ਟ੍ਰੇਲਰ ਦੇ ਵਿੱਚ ਡਾਇਲੌਗਸ ਦੀ ਗੱਲ ਕੀਤੀ ਜਾਵੇ ਤਾਂ ਫਿਲਮ ਦੇ ਡਾਇਲੌਗ ਇੱਕ ਅਲੱਗ ਜਿਹੀ ਤੜਫ ਨੂੰ ਬਿਆਨ ਕਰ ਰਹੇ ਨੇ। ਫਿਲਮ ਦੇ ਟ੍ਰੇਲਰ ਵਿੱਚ ਦਲਿਤ ਵਰਗ ਦੀਆਂ ਲੜਕੀਆਂ ਨਾਲ ਹੋਣ ਵਾਲੇ ਰੇਪ ਦੀ ਘਟਨਾ ਨੂੰ ਵੀ ਦਿਖਾਇਆ ਗਿਆ। ਰੇਪ ਥਾ? ਗੈਂਗ ਰੇਪ ਥਾ ਸਰ। ਕਿ ਜਨਗਨ ਮਨ ਮੇ ਹਮਾਰੀ ਵੀ ਗਿਣਤੀ ਹੋ ਜਾਏ। ਇਨਸਾਫ ਕੀ? ਦੱਸਦੀਏ ਕਿ ਇਹ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਨੁਭਵ ਸਿਨਹਾ ਨੇ, ਜਿਨ੍ਹਾਂ ਨੇ ਪਹਿਲਾਂ ਸੁਪਰ ਹਿੱਟ ਮੂਵੀ ਮੁਲਕ ਨੂੰ ਡਾਇਰੈਕਟ ਕੀਤਾ ਸੀ ਤੇ ਮੁਲਕ ਫਿਲਮ ਦੇ ਵਿੱਚ ਵੀ ਉਹਨਾਂ ਨੇ ਗੰਭੀਰ ਮੁੱਦੇ ਨੂੰ ਉਠਾਇਆ ਸੀ। ਅਭੀ ਨਹੀਂ ਆ ਸਕेंगे ਹਮ ਨਹੀਂ, ਹਮ ਲੜਾਈ ਪਰ ਨਿਕਲੇ ਹੈ ਆਪਣੇ ਮਜ਼ਹਬ ਕੇ ਲਿਏ, ਖੁਦਾ ਹਾਫਿਜ਼। ਫਿਲਮ ਦਾ ਟ੍ਰੇਲਰ ਜ਼ੀ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਇਆ ਤੇ ਆਰਟੀਕਲ 15 ਫਿਲਮ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰੇਪ ਥਾ? ਗੈਂਗ ਰੇਪ ਥਾ ਸਰ। ਕਿ ਜਨਗਨ ਮਨ ਮੇ ਹਮਾਰੀ ਵੀ ਗਿਣਤੀ ਹੋ ਜਾਏ। ਇਨਸਾਫ ਕੀ ਭੀਖ। ਇਹਦਾ ਦੀਆਂ ਹੋਰ ਖਬਰਾਂ ਦਾ ਆਨੰਦ ਮਾਨਣ ਲਈ ਤੁਸੀਂ ਵੇਖਦੇ ਰਹੋ ਸਟਾਰ ਕੈਨੇਡਾ ਟੀਵੀ।